ਪੰਜਾਬੀ ਦਰਸ਼ਕ ਤੇ ਤੁਹਾਡਾ ਸਵਾਗਤ ਹੈ। ਤਖਤ ਸ੍ਰੀ ਹਜੂਰ ਸਾਹਿਬ ਨਾਂਦੇੜ ਬੋਰਡ ਦੇ ਪ੍ਰਬੰਧ ਦਾ ਜ਼ਿੰਮਾ ਇੱਕ ਗੈਰ ਸਿੱਖ ਅਫਸਰ ਦੇ ਹੱਥ ਵਿੱਚ ਦਿੱਤਾ ਗਿਆ ਹੈ। ਆਈਏਐਸ ਅਫਸਰ ਅਭਿਜੀਤ ਰਜਿੰਦਰ ਰਾਉਤ ਨੂੰ ਇਸ ਅਹੁਦੇ ਦਾ ਨਵਾਂ ਮੁੱਖ ਪ੍ਰਸ਼ਾਸਕ ਲਾਇਆ ਗਿਆ ਹੈ ਤੇ ਸਿੱਖ ਸੰਗਤਾਂ ਇਸ ਫੈਸਲੇ ਦਾ ਭਾਰੀ ਵਿਰੋਧ ਕਰ ਰਹੀਆਂ ਹਨ। ਐਸਜੀਪੀਸੀ ਦੇ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਨੇ ਇਸ ਦਾ ਡਟਵਾਂ ਵਿਰੋਧ ਕੀਤਾ ਹੈ ਤੇ ਤੁਰੰਤ ਇਸ ਫੈਸਲੇ ਨੂੰ ਵਾਪਸ ਲੈਣ ਦੀ ਵੀ ਅਪੀਲ ਕੀਤੀ ਹੈ। ਐਸਜੀਪੀਸੀ ਨੇ ਮਹਾਰਾਸ਼ਟਰ ਦੇ ਮੁੱਖ ਮੰਤਰੀ ਏਕਨਾਥ ਸ਼ਿੰਦੇ ਨੂੰ ਇੱਕ ਪੱਤਰ ਵੀ ਭੇਜਿਆ ਹੈ। ਦੱਸ ਦਈਏ ਕਿ ਹੁਣ ਤੱਕ ਇਸ ਅਹੁਦੇ ਤੇ ਸਿਰਫ ਸਿੱਖ ਮੁਲਾਜ਼ਮ ਸਿੱਖ ਅਫਸਰ ਹੀ ਲਾਏ ਜਾਂਦੇ ਸਨ, ਪਰ ਇਸ ਵਾਰ ਇੱਕ ਹਿੰਦੂ ਅਫਸਰ ਦੇ ਹੱਥ ਵਿੱਚ ਇਹ ਜ਼ਿੰਮਾ ਸੌਂਪਿਆ ਗਿਆ ਹੈ। ਐਸਜੀਪੀਸੀ ਪ੍ਰਧਾਨ ਧਾਮੀ ਨੇ ਕਿਹਾ ਹੈ ਕਿ ਇੱਕ ਗੈਰ ਸਿੱਖ ਅਫਸਰ ਦੇ ਹੱਥ ਵਿੱਚ ਗੁਰਦੁਆਰੇ ਦਾ ਪ੍ਰਬੰਧ ਦੇਣਾ ਸਿੱਖ ਰਹਿਤ ਮਰਿਆਦਾ ਦੇ ਮੁਤਾਬਿਕ ਸਹੀ ਨਹੀਂ ਹੈ ਅਤੇ ਇੱਕ ਗੈਰ ਸਿੱਖ ਬੰਦਾ ਸਿੱਖ ਭਾਵਨਾਵਾਂ ਦੇ ਸਿੱਖੀ ਅਸੂਲਾਂ ਦੇ ਅਨੁਸਾਰ ਗੁਰਦੁਆਰਿਆਂ ਦੇ ਪ੍ਰਬੰਧ ਚਲਾ ਵੀ ਨਹੀਂ ਸਕਦਾ। ਇਸ ਦੇ ਨਾਲ ਹੀ ਸਿੱਖ ਸੰਗਤਾਂ ਵੀ ਮਹਾਰਾਸ਼ਟਰ ਸਰਕਾਰ ਦੇ ਇਸ ਫੈਸਲੇ ਦਾ ਭਾਰੀ ਵਿਰੋਧ ਕਰ ਰਹੀਆਂ ਹਨ ਅਤੇ ਦੂਜੇ ਪਾਸੇ ਸਿੱਖ ਚਿੰਤਕਾਂ ਅਤੇ ਸਿੱਖ ਬੁੱਧੀਜੀਵੀਆਂ ਨੇ ਵੀ ਇਸ ਫੈਸਲੇ 'ਤੇ ਭਾਰੀ ਚਿੰਤਾ ਜਤਾਈ ਹੈ। ਉਹਨਾਂ ਨੇ ਸੋਸ਼ਲ ਮੀਡੀਆ 'ਤੇ ਵੱਖ ਵੱਖ ਚੈਨਲਾਂ 'ਤੇ ਖਦਸ਼ਾ ਜਤਾਇਆ ਹੈ ਕਿ ਕਿਤੇ ਇਸ ਫੈਸਲੇ ਦੇ ਵਿੱਚ ਬੀਜੇਪੀ ਦੀ ਵੀ ਮੁੱਲੀ ਭੁਗਤ ਤਾਂ ਨਹੀਂ ਹੈ। ਇਸ ਦੇ ਨਾਲ ਹੀ ਸਿੱਖ ਬੁੱਧੀਜੀਵੀਆਂ ਨੇ ਇਹ ਵੀ ਕਿਹਾ ਹੈ ਕਿ ਸਰਕਾਰ ਇੱਕ ਹਿੰਦੂ ਅਫਸਰ ਦੇ ਹੱਥ ਵਿੱਚ ਗੁਰਦੁਆਰਿਆਂ ਦਾ ਪ੍ਰਬੰਧ ਦੇ ਕੇ ਸਾਡੇ ਗੁਰੂ ਘਰਾਂ 'ਤੇ ਕਬਜ਼ੇ ਤਾਂ ਨਹੀਂ ਕਰਨਾ ਚਾਹੁੰਦੀ ਅਤੇ ਨਾਲ ਹੀ ਕਿਤੇ ਸਰਕਾਰ ਫਿਰ ਤੋਂ ਮਹੰਤਾਂ ਦਾ ਦੌਰ ਵਾਪਸ ਤਾਂ ਨਹੀਂ ਲਿਆਉਣਾ ਚਾਹ ਰਹੀ। ਮਣੀਪੁਰ ਦੇ ਵਿੱਚ ਮਹੀਨਿਆਂ ਤੋਂ ਚੱਲਦੀਆਂ ਆ ਰਹੀਆਂ ਹਿੰਸਕ ਘਟਨਾਵਾਂ ਅਤੇ ਖਾਸ ਕਰਕੇ ਔਰਤਾਂ ਦੀ ਬੇਪਤੀ ਦੇ ਖਿਲਾਫ ਪੰਜਾਬ ਦੀਆਂ ਕਿਸਾਨ ਬੀਬੀਆਂ ਨੇ ਮੋਰਚਾ ਖੋਲ੍ਹ ਲਿਆ ਹੈ। ਕੱਲ ਮੋਹਾਲੀ ਦੇ ਵਿੱਚ ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਦੇ ਵੱਲੋਂ ਉਹਨਾਂ ਦੀ ਅਗਵਾਈ ਦੇ ਵਿੱਚ ਇੱਕ ਵੱਡਾ ਇਕੱਠ ਕੀਤਾ ਗਿਆ ਜਿੱਥੇ ਕਿਸਾਨ ਅਤੇ ਖਾਸ ਕਰਕੇ ਬੀਬੀਆਂ ਨੇ ਵੱਡੀ ਗਿਣਤੀ ਦੇ ਵਿੱਚ ਸ਼ਮੂਲੀਅਤ ਕੀਤੀ। ਪੰਜਾਬ ਭਰ ਤੋਂ ਵੱਡੀ ਗਿਣਤੀ ਦੇ ਵਿੱਚ ਕਿਸਾਨ ਅਤੇ ਬੀਬੀਆਂ ਗੁਰਦੁਆਰਾ ਸ਼੍ਰੀ ਅੰਬ ਸਾਹਿਬ ਦੇ ਸਾਹਮਣੇ ਪੁੱਡਾ ਗਰਾਊਂਡ ਦੇ ਵਿੱਚ ਇਕੱਠੇ ਹੋਏ ਅਤੇ ਇਸ ਮੋਰਚੇ ਨੇ ਰਾਜ ਭਵਨ ਵੱਲ ਜਾਣਾ ਸੀ, ਪਰ ਉੱਥੇ ਜਾਣ ਤੋਂ ਪਹਿਲਾਂ ਹੀ ਪੁਲਿਸ ਨੇ ਉਹਨਾਂ ਨੂੰ ਰੋਕ ਲਿਆ। ਇਸ ਮਗਰੋਂ ਜਥੇਬੰਦੀ ਦੇ ਕੁਝ ਬੰਦੇ ਪ੍ਰਧਾਨ ਜੋਗਿੰਦਰ ਸਿੰਘ ਉਗਰਾਹਾਂ ਦੀ ਅਗਵਾਈ ਦੇ ਵਿੱਚ 20 ਬੰਦਿਆਂ ਦਾ ਇੱਕ ਜਥਾ ਰਾਜਪਾਲ ਨੂੰ ਮਿਲਣ ਲਈ ਗਿਆ ਅਤੇ ਉੱਥੇ ਉਹਨਾਂ ਨੂੰ ਮੰਗ ਪੱਤਰ ਦੇ ਕੇ ਮਣੀਪੁਰ ਦੇ ਹਿੰਸਕ ਘਟਨਾਵਾਂ ਦੇ ਮੁੱਖ ਦੋਸ਼ੀਆਂ ਨੂੰ ਸਜ਼ਾ ਦੇਣ ਦੀ ਮੰਗ ਕੀਤੀ ਗਈ। ਉੱਧਰ ਕੁਈਨਜ਼ਲੈਂਡ ਦੇ ਸਕੂਲਾਂ ਵਿੱਚ ਕਿਰਪਾਨ ਪਾਉਣ ਦੀ ਪਾਬੰਦੀ ਹਟਾ ਦਿੱਤੀ ਗਈ ਹੈ। ਸ਼੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਗਿਆਨੀ ਰਘੁਵੀਰ ਸਿੰਘ ਨੇ ਆਸਟ੍ਰੇਲੀਆ ਦੇ ਸਿੱਖਾਂ ਨੂੰ ਅਦਾਲਤ ਦੇ ਵਿੱਚ ਇਸ ਕੇਸ ਨੂੰ ਜਿੱਤਣ 'ਤੇ ਵਧਾਈ ਦਿੱਤੀ ਹੈ। ਉਹਨਾਂ ਨੇ ਕਿਹਾ ਹੈ ਕਿ ਕਿਰਪਾਨ ਇੱਕ ਸਿੱਖ ਦੀ ਜ਼ਿੰਦਗੀ ਦਾ ਅਨਿੱਖੜਵਾਂ ਅੰਗ ਹੈ ਜਿਸ ਨੂੰ ਆਪਣੇ ਆਪ ਤੋਂ ਵੱਖ ਨਹੀਂ ਕੀਤਾ ਜਾ ਸਕਦਾ। ਉਹਨਾਂ ਨੇ ਇਹ ਵੀ ਕਿਹਾ ਹੈ ਕਿ ਕਿਰਪਾਨ ਗੁਰੂ ਸਾਹਿਬ ਵੱਲੋਂ ਦਿੱਤਾ ਹੋਇਆ ਇੱਕ ਕਾਰ ਹੈ ਜਿਸ ਦੀ ਅਸੀਂ ਬਹੁਤ ਜ਼ਿਆਦਾ ਇੱਜ਼ਤ ਕਰਦੇ ਹਾਂ। ਦੱਸ ਦਈਏ ਕਿ ਕੁਈਨਜ਼ਲੈਂਡ ਦੇ ਸਕੂਲਾਂ ਅੰਦਰ ਅਧਿਆਪਕਾਂ ਅਤੇ ਮਾਪਿਆਂ ਨੂੰ ਕਿਰਪਾਨ ਲਿਜਾਉਣ 'ਤੇ ਰੋਕਿਆ ਗਿਆ ਸੀ, ਜਿਸ ਤੋਂ ਬਾਅਦ ਬੀਬੀ ਕਮਲਜੀਤ ਕੌਰ ਨੇ ਇਸ ਪਾਬੰਦੀ ਨੂੰ ਕੁਈਨਜ਼ਲੈਂਡ ਦੀ ਇੱਕ ਅਦਾਲਤ ਦੇ ਵਿੱਚ ਚੁਣੌਤੀ ਦਿੱਤੀ। ਇਸ ਤੋਂ ਬਾਅਦ ਅਦਾਲਤ ਨੇ ਸਕੂਲ 'ਚ ਸਿੱਖ ਕਿਰਪਾਨ 'ਤੇ ਪਾਬੰਦੀ ਨੂੰ ਰੇਸ਼ੀਅਲ ਡਿਸਕ੍ਰਿਮੀਨੇਸ਼ਨ ਐਕਟ ਤਹਿਤ ਗੈਰ ਸੰਵਿਧਾਨਕ ਕਰਾਰ ਦਿੱਤਾ ਅਤੇ ਇਸ 'ਤੇ ਰੋਕ ਹਟਾ ਦਿੱਤੀ। ਇਸ ਤੋਂ ਬਾਅਦ ਕਿਰਪਾਨ ਧਾਰਨ ਕਰਨ ਨੂੰ ਸੰਵਿਧਾਨਕ ਹੱਕ ਵਿੱਚ ਵੀ ਸ਼ਾਮਿਲ ਕੀਤਾ ਗਿਆ। ਮਾਨਸੇ ਦੀ ਧੀ ਪਰਨੀਤ ਕੌਰ ਤੀਰਅੰਦਾਜ਼ੀ ਦੇ ਵਿੱਚ ਵਿਸ਼ਵ ਚੈਂਪੀਅਨ ਬਣ ਗਈ ਹੈ। ਭਾਰਤੀ ਮਹਿਲਾ ਕੰਪਾਊਂਡ ਦੀ ਟੀਮ ਨੇ ਬਰਲਿਨ ਦੇ ਵਿੱਚ ਵਿਸ਼ਵ ਤੀਰਅੰਦਾਜ਼ੀ ਚੈਂਪੀਅਨ ਦੇ ਫਾਈਨਲ 'ਚ ਮੈਕਸੀਕੋ ਨੂੰ 235-229 ਨਾਲ ਹਰਾ ਕੇ ਇਹ ਸੋਨ ਤਗਮਾ ਜਿੱਤਿਆ ਹੈ। ਜੇਤੂ ਟੀਮ ਦੀ ਪਰਨੀਤ ਕੌਰ ਮਾਨਸਾ ਦੇ ਪਿੰਡ ਮੰਡਾਲੀ ਦੀ ਰਹਿਣ ਵਾਲੀ ਹੈ ਅਤੇ ਪੰਜਾਬ ਦੇ ਖੇਡ ਮੰਤਰੀ ਗੁਰਮੀਤ ਸਿੰਘ ਮੀਤਹੇਅਰ ਨੇ ਵੀ ਪਰਨੀਤ ਕੌਰ ਨੂੰ ਵਧਾਈ ਦਿੱਤੀ ਹੈ। ਲੈਪਟੋਪ ਅਤੇ ਕੰਪਿਊਟਰ ਮਹਿੰਗੇ ਹੋ ਸਕਦੇ ਹਨ। ਭਾਰਤ ਸਰਕਾਰ ਨੇ ਲੈਪਟੋਪ, ਟੈਬਲੇਟ ਅਤੇ ਕੁਝ ਖਾਸ ਕਿਸਮ ਦੇ ਕੰਪਿਊਟਰਾਂ ਦੀ ਦਰਾਮਦ 'ਤੇ ਰੋਕ ਲਾ ਦਿੱਤੀ ਹੈ। ਭਾਰਤ ਵਿੱਚ ਤਕਰੀਬਨ 65% ਲੈਪਟੋਪ ਅਤੇ ਕੰਪਿਊਟਰ ਬਾਹਰੋਂ ਮੰਗਵਾਏ ਜਾਂਦੇ ਸੀ, ਪਰ ਹੁਣ ਇਹਨਾਂ 'ਤੇ ਬੈਨ ਲੱਗ ਗਿਆ ਹੈ ਅਤੇ ਜਦੋਂ ਕੋਈ ਚੀਜ਼ 'ਤੇ ਬੈਨ ਲੱਗਦਾ ਹੈ ਤਾਂ ਉਸਦੀ ਮੰਗ ਵੱਧਦੀ ਹੈ, ਜਦੋਂ ਅਤੇ ਉਹਨਾਂ ਦੀ ਪੂਰਤੀ ਨਹੀਂ ਹੁੰਦੀ ਤਾਂ ਉਦੋਂ ਕੀਮਤਾਂ ਵੱਧਦੀਆਂ ਹਨ। ਇਸ ਲਈ ਅੰਦਾਜ਼ਾ ਲਗਾਇਆ ਜਾ ਰਿਹਾ ਹੈ ਕਿ ਲੈਪਟੋਪ ਦੀਆਂ ਕੀਮਤਾਂ ਵਿੱਚ ਵੀ ਇਜ਼ਾਫਾ ਹੋ ਸਕਦਾ ਹੈ।
असल विच इस फैसले दे नाल भारत चीन तो अपनी निर्भरता घटाउणा चाहुंदा है। सुरक्षा दे मद्देनज़र भी ये फैसला लिया गया हो सकता है। कुछ माहर कह रहे हैं कि चीन तो आईया खास करके इलेक्ट्रॉनिक्स चीज़ा सुरक्षा दे मद्देनज़र सही नहीं हैं, इसलिए यह फैसला लिया गया है। इस तो इलावा मेक इन इंडिया दे तहत भी ये गल की जा रही है कि भारत सरकार घरेलू उत्पादों दे ज़्यादा जोर दे रही है, इसलिए ये फैसला लिया गया है। इसका दूजे पासे इसका इशारा सीधे तौर पर मुकेश अंबानी वालों हुणे हुणे लॉन्च किए गए एक लैपटॉप वाल भी जा रहा है। जियो ने भी अपना एक नवा लैपटॉप लॉन्च किया है। 1 अगस्त को मुकेश अंबानी ने जियो बुक नाम का एक लैपटॉप लॉन्च किया जिसकी कीमत सिर्फ 16,499 रुपये है। तो उस तो बाद 3 अगस्त को भारत सरकार ने लैपटॉप की दरामद पर यह रोक ला दी। इतने एक गल बहुत ही तर्कहीन वो ये है कि भारत सरकार ने बने बनाए लैपटॉप परसनल कंप्यूटर्स या होर चीज़ों पर तो रोक ला दी है, पर उन्होंने रॉ मटीरियल यानी कि कच्चे माल पर रोक नहीं लगी है। यानी कि चीज़ा पहला तो रॉ मटीरियल बाहरों मंगवाई जा सकती हैं, तो फिर उन्होंने भारत में असैम्बल करवा के बेचा जा सकता। उधर राहुल गांधी को भी राहत मिल गई है। सुप्रीम कोर्ट ने पहला उन्होंने दोषी करार देने वाले हाई कोर्ट के फैसले पर रोक लाई, तो अज लोग सभा भी उन्होंने बहाली कर दी गई है। अज सवेरे ही लोग सभा सक्रेट ने इस संबंधी नोटिफिकेशन भी जारी कर दिता है। इस तो बाद ਉਹ ਅੱਜ ਸੰਸਦ ਭਵਨ ਪੁੱਜੇ ਜਿੱਥੇ ਕਾਂਗਰਸ ਦੇ ਕੁਝ ਹੋਰ ਅਧਿਕਾਰੀਆਂ ਨੇ ਉਹਨਾਂ ਦਾ ਰੱਜਵਾਂ ਸਵਾਗਤ ਕੀਤਾ।